ਨਾਲ ਤੇ ਇਹ ਮਹਿੰਮ ਬਹੁਤ ਵੱਡੀ ਬਣਾਤੀ ਛੋਟੇ ਸਹਿਯੋਗ ਨਾਲ ਇਹ ਹੁਣ ਆਲ ਇੰਡੀਆ ਦੀ ਮਹਿੰਮ ਬਣ ਗਈ ਨਹੀਂ ਆਲ ਇੰਡੀਆ ਦੀ ਮੈਂ ਗਲਤ ਕਹਿ ਗਿਆ ਵਰਲਡ ਲੈਵਲ ਦੀ ਬਣ ਗਈ ਕੈਨੇਡਾ ਅਮਰੀਕਾ ਸਾਰੇ ਕਿਤੇ ਰੌਲਾ ਪੈ ਗਿਆ ਜਮਾ ਸਿਰਾ ਹੋ ਗਿਆ ਨਜ਼ਾਰਾ ਆਈ ਜਾਂਦਾ ਗਾ ਬਸ ਖਿੱਚ ਕੇ ਰੱਖੋ ਦੱਬ ਕੇ ਰੱਖੋ ਕੰਮ ਜੇ ਤੁਸੀਂ ਹੁਣ ਇੱਕ ਗੱਲ ਹੋਰ ਆ ਵਿੱਚ ਲੋਕ ਸੋਚ ਰਹੇ ਆ ਵੀ ਬਹੁਤ ਬੰਦੇ ਪਹੁੰਚ ਕੇ ਦਿੱਲੀ ਸਾਨੂੰ ਤਾਂ ਜਾਣ ਦੀ ਲੋੜ ਨਹੀਂ ਨਾ ਨਾ ਇਹ ਭੁਲੇਖਾ ਕੱਢ ਦਿਓ ਆਪਣੀ ਤੀਜੇ ਨੰਬਰ ਦੀ ਸ਼ਕਤੀ ਨਾਲ ਪੰਗਾ ਪਿਆ ਪਿਆ ਸਾਰਾ ਇੰਡੀਆ ਆ ਜਾਓ ਇੱਥੇ ਯਾਰ ਖਾਣ ਪੀਣ ਨੂੰ ਉਹ ਅਸੀਂ ਆਪੀ ਸਾਡੇ ਜਿਹੜੇ ਪੰਜਾਬ ਵਾਲੇ ਉਹ ਅਸੀਂ ਆਪੀ ਸਾਂਭਾਂਗੇ ਜਿੰਨੇ ਵੀ ਸੂਬਿਆਂ ਦੇ ਲੋਕ ਆ ਪਹੁੰਚ ਜਾਓ ਇੱਥੇ ਟਰਾਲੀਆਂ 'ਤੇ ਪਹੁੰਚੋ ਕਾਰਾਂ 'ਤੇ ਜਿਵੇਂ ਮਰਜ਼ੀ ਪਹੁੰਚੋ ਦਿੱਲੀ ਇਹੋ ਜਿਹੀ ਜਾਮ ਕਰਦੇ ਜੇ ਅੱਜ ਮੋਦੀ ਬਿੱਲ ਪਾੜਦੇ ਮਹੀਨੇ 'ਚ ਪਿੰਡ ਮੁੜ ਗਏ ਮਸਾਂ ਗੱਡੀਆਂ ਗੁੱਡੀਆਂ ਮੋੜਨ ਠੀਕ ਆ ਬਸ ਖਿੱਚ ਦਿਓ ਜਿਹੜੇ ਘਰਾਂ 'ਚ ਬੈਠੇ ਆ ਜਾਓ ਆ ਜਾ ਬਾਈ ਲੱਖੇ ਤੂੰ ਬੋਲਦੇ ਨੇ ਬਾਈ ਆਜੋ ਟਰਾਲੀਆਂ ਭਰ ਕੇ ਮਿੰਟੋ ਮਿੰਟੀ ਝੰਡੇ ਲਾ ਕੇ ਉੱਡਦੇ ਹੋ ਨਾ ਪਰਵਾਹ ਨਾ ਕਰਿਆ ਜੇ ਅਸੀਂ ਗੱਡੀ ਦੇ ਮਗਰ ਖੜੇ ਆ ਟੈਨਸ਼ਨ ਨਾ ਲਓ ਸਾਨੂੰ ਕੋਈ ਇਹਨਾਂ ਦੀ ਟੈਨਸ਼ਨ ਟੁਨਸ਼ਨ ਰੁਪਈਏ ਦੀ ਨਹੀਂ ਹੈਗੀ ਇੱਕ ਟੁੱਕੀ ਦੀ ਨਹੀਂ ਸਾਨੂੰ ਟੱਕੇ ਦੀ ਪਰਵਾਹ ਨਹੀਂ ਆਓ ਲੱਦ ਕੇ ਟਰਾਲੀਆਂ ਜਿਹੜੇ ਹੱਥਾਂ ਨਾਲ ਇਹਨੇ ਬਿੱਲ ਕੀਤੇ ਨਾ ਉਸੇ ਹੱਥਾਂ ਨਾਲ ਜਿੰਨਾ ਚਿਰ ਰੱਦ ਨਾ ਟੁੰਡਿਆਂ ਇਹ ਨਾਲ ਕਰੇਗਾ ਤੇ ਅਸੀਂ ਨਹੀਂ ਪਿੱਛੇ ਜਾਣਾ ਸਾਨੂੰ ਜਾਂਦਿਆਂ ਜਾਂਦਿਆਂ ਮਹੀਨਾ ਲੱਗ ਜਾਣਾ ਹੈ ਆਜੋ ਚੱਲ ਬਾਈ ਆ ਬਾਈ ਬਾਈ ਆਇਆ ਉੱਥੇ ਹੋ ਜਾ ਬਾਈ ਬਸ ਹੋ ਰਹੀ ਹੈ ਗੱਲ ਮੈਂ ਕਹਿਣੀ ਚਾਹੁੰਦਾ ਉਹ ਇਹ ਹੈ ਕਿ ਸਾਨੂੰ ਨਾ ਸਾਰਿਆਂ ਨੂੰ ਟਵਿੱਟਰ ਦੇ ਉੱਤੇ ਆਉਣਾ ਚਾਹੀਦਾ ਟਵੀਟ ਜਿੰਨਾ ਅਸੀਂ ਕਿਉਂਕਿ ਟਵੀਟ ਜਦੋਂ ਹੁੰਦਾ ਤੇ ਉਹਦੇ ਨਾਲ ਜਿਹੜੀ ਖਬਰ ਆ ਉਹ ਪੂਰੀ ਦੁਨੀਆ ਦੇ ਵਿੱਚ ਪਹੁੰਚਦੀ ਆ ਦੁਨੀਆ ਦੇ ਵੱਡੇ ਵੱਡੇ ਜਿਹੜੇ ਸਿਆਸੀ ਲੋਕ ਨੇ ਵੱਡੇ ਖਿਡਾਰੀ ਨੇ ਵੱਡੇ ਕੋਈ ਉਦਯੋਗਿਕ ਲੋਕ ਨੇ ਵਪਾਰੀ ਨੇ ਵੱਡੇ ਕੋਈ ਬੁੱਧੀਜੀਵੀ ਲੋਕ ਨੇ ਹਰ ਬੰਦੇ ਤੱਕ ਜਿਹੜਾ ਟਵਿੱਟਰ ਆ ਟਵੀਟ ਰਾਹੀਂ ਉਹ ਗੱਲਾਂ ਪਹੁੰਚਦੀਆਂ ਨੇ ਫਿਰ ਪਤਾ ਲੱਗਦਾ ਕਿ ਮਹਿੰਮ ਹੈ ਜਿਹੜੀ ਉਹ ਵੈ ਪੂਰੀ ਜਿਵੇਂ ਰੰਧਾਵੇ ਨੇ ਕਿਹਾ ਕਿ ਮਹਿੰਮ ਜਿਹੜੀ ਪੂਰੀ ਦੁਨੀਆ ਦੀ ਮਹਿੰਮ ਬਣ ਚੁੱਕੀ ਆ ਇਹਨੂੰ ਹੋਰ ਵੀ ਆਪਾਂ ਅੱਗੇ ਲਿਜਾਣ ਦੇ ਲਈ ਇਕੱਲੇ ਇਕੱਲੇ ਘਰ ਤੱਕ ਇਕੱਲੇ ਇਕੱਲੇ ਇਨਸਾਨ ਤੱਕ ਦੁਨੀਆ ਦੇ ਹਰ ਇਨਸਾਨ ਨੂੰ ਪਤਾ ਲੱਗ ਜਾਣਾ ਚਾਹੀਦਾ ਕਿ ਯਾਰ ਭਾਰਤ ਦੇ ਵਿੱਚ ਇੱਕ ਕਿਸਾਨ ਅੰਦੋਲਨ ਲੜ ਰਹੇ ਨੇ ਪੰਜਾਬ ਆਪਣੀ ਹੋਂਦ ਨੂੰ ਬਚਾਉਣ ਲਈ ਲੜ ਰਿਹਾ ਨਾਲ ਸਾਡਾ ਭਰਾ ਹਰਿਆਣਾ ਸਾਡੇ ਨਾਲ ਖੜਾ ਯੂਪੀ ਨਾਲ ਖੜਾ ਰਾਜਸਥਾਨ ਨਾਲ ਖੜਾ ਮੱਧ ਪ੍ਰਦੇਸ਼ ਨਾਲ ਖੜਾ ਮੱਧ ਪ੍ਰਦੇਸ਼ ਤੋਂ ਜਿਹੜੇ ਕਿਸਾਨ ਨੇ ਟਰੈਕਟਰਾਂ ਦੇ ਚੱਲ ਪਏ ਆ ਘੱਟੋ ਘੱਟ ਦੱਸਿਆ ਜਾ ਰਿਹਾ ਕਿ 10-12 ਹਜ਼ਾਰ ਟਰੈਕਟਰ ਮੱਧ ਪ੍ਰਦੇਸ਼ ਤੋਂ ਚੱਲਿਆ ਹੋਇਆ ਗੁਰੂ ਦੀਆਂ ਲਾਡਲੀਆਂ ਫੌਜਾਂ ਬਾਰੇ ਵੀ ਖਬਰ ਆਈ ਹੈ ਕਿ ਆਪਣੇ ਘੋੜੇ ਲੈ ਕੇ ਇਹ ਆਪਣਾ ਰਾਸ਼ਨ ਲੈ ਕੇ ਦਿੱਲੀ ਵੱਲ ਨੂੰ ਚੜ੍ਹਾਈ ਕਰ ਚੁੱਕੇ ਨੇ ਉਹ ਸੋ ਆ ਜਾਓ ਮੇਰਾ ਵੀਰ ਹੁਣ ਬੰਦਾ ਕੋਈ ਵਾਂਝਾ ਨਾ ਰਹਿ ਜੇ ਬੜੀ ਪਤਾ ਲੱਗਿਆ ਅੱਜ ਕੋਈ ਵੀਰ ਆਏ ਨੇ ਦੱਸਿਆ ਉਹਨਾਂ ਨੇ ਭਰਾਵਾਂ ਨੇ ਕਹਿੰਦੇ ਬਾਈ ਸੈਂਕੜੀ ਟਰਾਲੀਆਂ ਜਿਹੜੀਆਂ ਟਰੈਕਟਰ ਨੇ ਜਿਹੜੇ ਉਹ ਪੰਜਾਬ ਵੱਲੋਂ ਤੁਰੇ ਆਉਂਦੇ ਨੇ ਹੁਣ ਜਿਹੜੇ ਰਹਿ ਗਏ ਜਿਵੇਂ ਰੰਧਾਵਾ ਇੱਕ ਦਿਨ ਪਿੰਡ ਜਾ ਕੇ ਆਇਆ ਕਹਿੰਦਾ ਬਾਈ ਮੈਂ ਰਾਤ ਨੂੰ ਭੱਜਿਆ ਜੀ ਨਹੀਂ ਲੱਗਿਆ ਪੰਜਾਬ 'ਚ ਬਿਲਕੁਲ ਮੈਨੂੰ ਸਾਰਾ ਪੰਜਾਬ ਹਰਿਆਣਾ ਹੋਰ ਸੂਬੇ ਇੱਥੇ ਬੈਠੇ ਨੇ ਅਤੇ ਆਪਣੀ ਜਿੱਤ ਯਕੀਨੀ ਆ ਜਿੱਤ ਨੇੜੇ ਆ ਅੱਜ ਫਿਰ 3 ਵਜੇ ਮੀਟਿੰਗ ਹੈ ਜਿਹੜੀ ਆਗੂਆਂ ਦੀ ਸਰਕਾਰ ਦੇ ਨਾਲ ਸ਼ਾਇਦ ਅਮਿਤ ਸ਼ਾਹ ਜਾਂ ਕੋਈ ਮੋਦੀ ਵਰਗਾ ਵੱਡਾ ਉਹਨਾਂ ਦਾ ਜਿਹੜਾ ਆਗੂ ਆ ਉਹ ਬੈਠੇ ਤਾਂ ਦੇਖਦੇ ਹਾਂ ਆਪਾਂ 3 ਵਜੇ ਉਸ ਮੀਟਿੰਗ ਦੇ ਵਿੱਚੋਂ ਕੀ ਨਿਕਲਦਾ ਕੀ ਗੱਲਬਾਤ ਆਉਂਦੀ ਆ ਪਰ ਆਪਣੀ ਲੜਾਈ ਜਿਹੜੀ ਹੈਗੀ ਆ ਉਹ ਇਹੀ ਹੈ ਕਿ ਇੱਥੋਂ ਅਸੀਂ ਅੱਧ ਪਚੱਧੀ ਜਿੱਤ ਲੈ ਕੇ ਨਹੀਂ ਉੱਠਣਾ ਅਸੀਂ ਪੂਰਨ ਤੌਰ 'ਤੇ ਜਿੱਤ ਜਿਹੜੀ ਇੱਥੋਂ ਜਿੱਤ ਕੇ ਫਿਰ ਜਾਣਾ ਲਓ ਜੀ ਹੋਰ ਕੋਈ ਸਾਰੀਆਂ ਗੱਲਾਂ ਆਪਣੇ ਹੱਕ 'ਚ ਹੋਈ ਜਾਂਦੀਆਂ ਪੋਜੀਟਿਵ ਚੱਲੀ ਜਾਂਦਾ ਗਾ ਜਦੋਂ ਦੇ ਬੈਰੀਗੇਡ ਤੋੜਨ ਲੱਗਿਆ ਇਸ ਤੋਂ ਬਾਅਦ ਪੋਜੀਟਿਵ ਹੀ ਆ ਸਾਰਾ ਕੰਮ ਕੁਛ ਵੀ ਨੈਗੇਟਿਵ ਨਹੀਂ ਟਵਿੱਟਰ ਹੈਕ ਹੋ ਗਿਆ ਟਵਿੱਟਰ ਵੀ ਹੈਕ ਕਰਤਾ ਬਾਕੀ ਪੰਜਾਬੀ ਜਿਵੇਂ ਪਿੰਡਾਂ 'ਚ ਆਲੂ ਬੀਜਦੇ ਆਲੂ ਹੀ ਬੀਜੀ ਜਾਂਦੇ ਉਵੇਂ ਆਹ ਮਹਿਮਾਨਾਂ ਇਹੋ ਜਿਹੇ ਜੁੜੇ ਆ ਸਾਰਾ ਕੁਛ ਹੀ ਹੈਕ ਕਰਤਾ ਯਾਰ ਜਮਾ ਸਿਰਾ ਕਰਾਤਾ ਹੋਰ ਆ ਜਾਓ ਕਰਾਂ ਧੰਨਵਾਦ ਨਾ ਖੜ ਜਾ ਖੜ ਜਾ ਖੜ ਜਾ ਬੜੀ ਬੜੀ ਆ ਇੱਕ ਤਾਂ ਜਿਹੜੀ ਗੱਲ ਆ 2-3 ਗੱਲਾਂ ਜਿਹੜੀਆਂ ਮੈਂ ਜ਼ਰੂਰੀ ਸਮਝਦਾ ਕਿ ਸਾਂਝੀਆਂ ਹੋ ਜਾਣ ਇੱਕ ਤਾਂ ਇਹ ਆ ਕਿ ਸਾਡੇ ਨੌਜਵਾਨ ਜੋਸ਼ ਦੇ ਵਿੱਚ ਨੇ ਜੋਸ਼ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਜੋਸ਼ ਦੇ ਬਿਨਾਂ ਕੋਈ ਵੀ ਜੰਗ ਨਹੀਂ ਜਿੱਤੀ ਜਾਂਦੀ ਪਰ ਨਾਲ ਹੋਸ਼ ਹੋਣਾ ਬਹੁਤ ਜ਼ਰੂਰੀ ਹੈ ਰਾਤ ਜਿਵੇਂ ਮੈਂ ਦੇਖਿਆ ਕਈ ਨੌਜਵਾਨ ਪੁਲਿਸ ਦੀਆਂ ਗੱਡੀਆਂ ਲੰਘ ਰਹੀਆਂ ਨੇ ਹਰਿਆਣਾ ਪੁਲਿਸ ਦੀ ਗੱਡੀ ਸਾਡੇ ਕੋਲ ਖੜੀ ਹੈ ਇਹ ਭਰਾ ਵੀ ਸਾਨੂੰ ਮਿਲਦੇ ਨੇ ਹਰਿਆਣਾ ਪੁਲਿਸ ਮੁਲਾਜ਼ਮ ਸਾਨੂੰ ਮਿਲਦੇ ਨੇ ਹਰਿਆਣੇ ਦੇ ਲੋਕ ਨੇ ਦਿੱਲੀ ਦੇ ਲੋਕ ਨੇ ਇਹ ਵੀ ਕਿਸਾਨਾਂ ਦੇ ਪੁੱਤ ਨੇ ਹਰ ਬੰਦਾ ਇਸ ਲੜਾਈ ਦੇ ਵਿੱਚ ਆਉਂਦਾ ਕਿ ਇੱਥੋਂ ਜਿੱਤ ਮਿਲੇ ਚਾਹੇ ਉਹ ਕੋਈ ਮੁਲਾਜ਼ਮ ਹੈ ਚਾਹੇ ਕੋਈ ਆਮ ਬੰਦਾ ਚਾਹੇ ਵਪਾਰੀ ਆ ਦੁਕਾਨਦਾਰ ਆ ਜਿੰਨੇ ਸਾਨੂੰ ਮਿਲੇ ਨੇ ਪਰ ਉੱਥੇ ਕਈ ਸੱਜਣ ਭਰਾ ਇਹੋ ਜਿਹੇ ਹੈਗੇ ਨੇ ਕਿ ਰਾਤ 2 ਪੁਲਿਸ ਦੀਆਂ ਗੱਡੀਆਂ ਲੰਘੀਆਂ ਉਹ ਐਂ ਥਾਪੀ ਮਾਰ ਕੇ ਮੁਹਰੇ ਐਂ ਕਰਦੇ ਆ
ਸੋ ਇਹ ਇਹ ਗੱਲਾਂ ਨਾ ਕਈ ਵਾਰੀ ਨੁਕਸਾਨਦਾਇਕ ਹੁੰਦੀਆਂ ਨੇ ਮੇਰਾ ਵੀਰ। ਜੰਗ ਆ ਜਿਹੜੀ ਉਹ ਬਹੁਤ ਸੂਝ ਦੇ ਨਾਲ, ਬੂਝ ਦੇ ਨਾਲ, ਸੰਜਮ ਦੇ ਨਾਲ, ਸਬਰ ਦੇ ਨਾਲ, ਬਹੁਤ ਤਿੱਖੀ ਨਜ਼ਰ ਰੱਖ ਕੇ ਹਰ ਚੀਜ਼ ਦੇ ਉੱਤੇ ਜੰਗਾਂ ਫੇਰ ਦਿੱਤੀਆਂ ਜਾਂਦੀਆਂ ਨੇ, ਰਣਨੀਤੀਆਂ ਬਣਾਉਣੀਆਂ ਪੈਣੀਆਂ ਮੇਰਾ ਵੀਰ। ਦੂਜੀ ਗੱਲ, ਕੱਲ੍ਹ ਕੁਛ ਇੱਥੇ ਸੰਘੀ ਇਹਨਾਂ ਦੇ ਬੰਦੇ ਮੈਨੂੰ ਮੁੰਡਿਆਂ ਨੇ ਦੱਸਿਆ, ਕਹਿੰਦੇ ਬਾਈ 40-50 ਮੋਟਰਸਾਈਕਲ ਸੀਗੇ ਅਤੇ ਉਹਦੇ ਉੱਤੇ ਹੈਲਮਟ ਹੁਲਮਟ ਪਾ ਕੇ ਕਿਸਾਨ ਮੁਰਦਾਬਾਦ, ਮੋਦੀ ਜਿੰਦਾਬਾਦ ਦੇ ਨਾਅਰੇ ਮਾਰ ਕੇ ਗਏ ਆ। ਕੋਈ ਗੱਲ ਨਹੀਂ, ਜੇ ਦੂਰ ਖੜ੍ਹੇ ਮਾਰਦੇ ਆ ਤਾਂ ਮਾਰ ਲੈਣ ਦਿਓ, ਆਪਾਂ ਮੋਦੀ ਮੁਰਦਾਬਾਦ ਕਹਿੰਦੇ ਹਾਂ, ਮੋਦੀ ਜਿੰਦਾਬਾਦ ਕਹਿੰਦੇ ਹੋ। ਬਾਈ ਇੱਕ ਬਾਹਰੋਂ ਸੰਦੇਸ਼ ਆ ਰਿਹਾ ਵੀ ਬਾਈ ਅਸੀਂ ਕੀ ਕਰੀਏ, ਸਾਡੇ ਲਈ ਤੁਹਾਡੇ ਲਈ ਕੀ ਸਪੋਰਟ ਕਰੀਏ, NRI NRI ਸਪੋਰਟ। ਕੋਈ ਗੱਲ ਨਹੀਂ, ਉਹ ਕਰਦੇ ਆ, ਕਰਨ ਦਿਓ। ਪਰ ਹਾਂ, ਇੱਕ ਅਸੀਂ ਸੰਗੀਆਂ ਨੂੰ ਕਹਿਣਾ ਚਾਹੁੰਦੇ ਵੀ ਜੇ ਕਿਤੇ ਸਾਡੇ ਵਿੱਚ ਆ ਗਏ ਨਾ, ਫਿਰ ਹਿਸਾਬ ਲਾ ਲਿਓ, ਫਿਰ ਕਦੇ ਦਿਮਾਗ 'ਚ ਨਾ ਇਹ ਗੱਲ ਰੱਖਿਓ ਵੀ ਅਸੀਂ ਕਦੇ ਤੁਹਾਨੂੰ ਬਖਸ਼ ਦਿਆਂਗੇ। ਦੂਰੋਂ ਖੜ੍ਹੇ ਜੋ ਆਉਂਦਾ ਤੁਸੀਂ ਭੌਂਕਣਾ ਭੌਂਕੀ ਜਾਓ, ਰਾਪੇ ਗੰਢਾ ਕਰਨਾ ਕਰੀ ਜਾਓ। ਤੁਹਾਡਾ ਮੀਡੀਆ, ਗੋਦੀ ਮੀਡੀਆ ਵੀ ਕਰ ਹੀ ਰਿਹਾ, ਉਹ ਤਰ੍ਹਾਂ ਤਰ੍ਹਾਂ ਦੀਆਂ ਖਬਰਾਂ ਲਗਾਤਾਰ ਚਲਾ ਰਿਹਾ ਕਿ ਆਹ ਦੇਖੋ ਜੀ ਕਿ ਅੱਤਵਾਦੀ ਆ ਗਏ, ਆਹ ਫਲਾਣੇ ਆ ਗਏ। ਤਾਂ ਮੈਂ ਦੂਜੀ ਗੱਲ ਇੱਕ ਹੋਰ ਕਹਿਣੀ ਚਾਹੁੰਦਾ, ਜਿਹੜੀ ਆਪਣਾ ਸਾਡੇ ਪੰਜਾਬ ਦੇ ਲੋਕਾਂ ਨੂੰ, ਕਿ ਜਦੋਂ ਤੁਹਾਡੇ ਕੋਲ ਕੋਈ ਵੀ ਨੈਸ਼ਨਲ ਮੀਡੀਆ ਆਉਂਦਾ ਤਾਂ ਨੈਸ਼ਨਲ ਮੀਡੀਆ ਤੁਹਾਡੇ ਕੋਲ ਆਹ ਗੱਲ ਪੁੱਛਦਾ ਤਾਂ ਆਪਣੀ ਇਹ ਆਪਣੇ ਸੁਭਾਅ 'ਚ ਰੱਖ ਲਓ, ਜਾਂ ਆਪਣੀ ਆਪਣੀ ਬੋਲੀ ਕੋਈ ਇਹੋ ਜਿਹੀ ਹੈ ਵੀ ਅਸੀਂ ਉਹ ਚੱਕਤੀ ਸੀ, ਅਸੀਂ ਇਹਨੂੰ ਚੱਕ ਦਿਆਂਗੇ, ਅਸੀਂ ਐਂ ਕਰ ਦਿਆਂਗੇ। ਉਹੋ ਜਿਹੀਆਂ ਗੱਲਾਂ ਨੂੰ ਫਿਰ ਉੱਨੀ ਬਣਾ ਕੇ ਅਤੇ ਪੂਰੀ ਦੁਨੀਆ 'ਚ ਫੈਲਾਉਂਦੇ ਨੇ, ਉਹ ਬਹਾਨਾ ਲੱਭ ਲੈਂਦੇ ਨੇ ਕਿ ਆਹ ਦੇਖੋ ਯਾਰ ਇਹ ਤਾਂ ਪ੍ਰਧਾਨ ਮੰਤਰੀ ਨੂੰ ਮਾਰਨ ਦੀਆਂ ਗੱਲਾਂ ਕਰਦੇ ਨੇ, ਇਹ ਤਾਂ ਆਹ ਗੱਲਾਂ ਕਰਦੇ ਨੇ, ਆਹ ਗੱਲਾਂ ਕਰਦੇ ਨੇ। ਸੋ ਇਹੋ ਜਿਹੀਆਂ ਗੱਲਾਂ ਤੋਂ ਮੇਰਾ ਵੀਰ ਪੂਰਨ ਤੌਰ 'ਤੇ ਗੁਰੇਜ਼ ਕਰੋ। ਬਾਹਰਲੇ ਮੁਲਕ ਵਾਲਿਆਂ ਨੂੰ ਮੈਂ ਕਹਿਣਾ ਚਾਹੁੰਦਾ, ਜਿਹੜੇ ਬਾਹਰਲੇ ਮੁਲਕਾਂ ਦੇ ਵਿੱਚ ਬੈਠੇ ਨੇ, ਉਹ ਕਹਿਣ ਪੁੱਛਦੇ ਆ ਬਾਈ ਕੀ ਕਰਗੇ, ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਬਾਈ, ਮਾਰਚ ਵੀ ਕਰ ਰਹੇ ਹੋ ਇਹਨਾਂ ਦੀਆਂ ਅੰਬੈਸੀਆਂ ਦੇ ਅੱਗੇ, ਜਿਹੜੇ ਭਾਰਤੀ ਅੰਬੈਸੀ ਦੇ ਅੱਗੇ ਜਾ ਕੇ ਪ੍ਰਦਰਸ਼ਨ ਕੀਤਾ ਜਾਵੇ, ਉੱਥੋਂ ਦੀਆਂ ਸਰਕਾਰਾਂ 'ਤੇ, ਉੱਥੋਂ ਦੇ MPਾਂ 'ਤੇ ਇੱਕ ਦਬਾਅ ਬਣਾਇਆ ਜਾਵੇ ਕਿ ਕੈਨੇਡਾ, ਅਮਰੀਕਾ ਜਿਹੜੀਆਂ ਬਾਹਰਲੀਆਂ ਸਰਕਾਰਾਂ ਨੇ, ਚਾਹੇ ਇੰਗਲੈਂਡ ਦੀਆਂ, ਚਾਹੇ ਹੋਰ ਕਿਸੇ ਮੁਲਕ ਦੀਆਂ, ਜਿੱਥੇ ਵੀ ਪੰਜਾਬੀ ਜਾਂ ਜਿੱਥੇ ਵੀ ਆਪਣੇ ਲੋਕ ਬੈਠੇ ਨੇ, ਉੱਥੋਂ ਦੀਆਂ ਸਰਕਾਰਾਂ ਦੇ ਉੱਤੇ ਦਬਾਅ ਬਣਾਓ ਕਿ ਉਹ ਸਰਕਾਰਾਂ ਇਸ ਸਰਕਾਰ 'ਤੇ ਦਬਾਅ ਬਣਾਉਣ। ਬਾਈ ਇੱਕ ਗੱਲ ਐਂ ਕਹਿ ਰਹੇ ਵੀ ਪੰਜਾਬ 'ਚ ਜਿੰਨੇ MLA MP ਹੁਣ ਕਹਿੰਦੇ ਅਸਤੀਫਾ ਦੇਣ, ਨਾ ਹੁਣ ਵਾਰੀ ਆ ਗਈ ਸਾਰੀਆਂ ਪਾਰਟੀਆਂ, ਕੋਈ ਕਿਉਂ ਨਹੀਂ ਆ ਰਿਹਾ ਮੂਹਰੇ? ਦੇਖੋ ਵੀਰੇ, ਇੱਧਰ ਪੂਰਾ ਪੰਜਾਬ ਆ ਜਿਹੜਾ ਉਹ ਆਪਣੇ ਆਪ ਨੂੰ ਝੋਕੀ ਬੈਠਾ, ਦਾਅ 'ਤੇ ਲਾਈ ਬੈਠਾ, ਆਪਣੀਆਂ ਜਿੰਦਗੀਆਂ, ਆਪਣੇ ਪਰਿਵਾਰ ਦੀਆਂ ਜਿੰਦਗੀਆਂ, ਸਾਡੀਆਂ ਮਾਵਾਂ 80-80 ਸਾਲ ਦੀਆਂ, 70-70 ਸਾਲ ਦੀਆਂ, ਸਾਡੀਆਂ ਦਾਦੀਆਂ, ਸਾਡੀਆਂ ਨਾਨੀਆਂ ਇੱਥੇ, ਸਾਡੀਆਂ ਭੈਣਾਂ ਇੱਥੇ ਬੈਠੀਆਂ ਨੇ, ਪਰ ਸਿਆਸੀ ਬੰਦੇ ਪੰਜਾਬ 'ਚ ਆਪਣੀ ਜਿਹੜੀ ਸਿਆਸੀ ਜ਼ਮੀਨ ਹੈ ਉਹਨੂੰ ਖੜੀ ਕਰਨ 'ਤੇ ਲੱਗੇ ਹੋਏ, ਉਹਨੂੰ ਤਲਾਸ਼ਣ ਲੱਗੇ ਹੋਏ ਆ। ਸੋ ਇਹ ਬਹੁਤ ਮਾੜਾ ਹੋ ਰਿਹਾ। ਦੂਜੀ ਗੱਲ, ਜਿਵੇਂ ਮੈਂ ਕੱਲ੍ਹ ਵੀ ਕਹੀ ਸੀਗੀ ਕਿ ਜੇਕਰ ਕਿਸੇ ਵੀ ਪਾਰਟੀ ਦਾ ਕੋਈ ਵੀ ਆਗੂ ਇੱਥੇ ਆਉਂਦਾ, ਉਹ ਬੈਠਾ ਰਹੇ ਇਕੱਠ 'ਚ, ਕੋਈ ਗੱਲ ਨਹੀਂ, ਬੈਠੇ ਜੀ ਸਦ ਕੇ ਆਵੇ ਜੀ, ਐਂ ਨੂੰ ਕਰਨਾ ਚਾਹੀਦਾ। ਸਟੇਜ 'ਤੇ ਤਾਂ ਵੈਸੇ ਇਹਨਾਂ ਨੇ ਲਾਲ ਕਾਲੀ ਤਾਂ ਬੋਲਣ ਨਹੀਂ ਦੇਣਾ, ਪਰ ਜੇ ਕੋਈ ਆਗੂ ਆਉਂਦਾ ਉਹਦੇ ਮਗਰ ਨਾ ਪਾਓ। ਪਰਸੋਂ 'ਚ ਉੱਥੇ ਗੁਰਜੀਤ ਔਜਲਾ ਆਇਆ ਜਿਹੜਾ MP ਆ ਕਾਂਗਰਸ ਦਾ, ਉਹਦੇ ਮਗਰ ਪੈ ਗਏ ਆਪਣੇ ਲੋਕ, ਉਸ ਤਰ੍ਹਾਂ ਦਾ ਮਾਹੌਲ ਨਾ ਪੈਦਾ ਕਰੋ। ਇਸ ਵੇਲੇ ਮੇਰਾ ਵੀਰ ਵਾਰ ਵਾਰ ਮੈਂ ਬੇਨਤੀ ਕਰਦਾ, ਸਿਰ ਜੋੜਨ ਦੀ ਲੋੜ ਹੈ। ਇੱਥੇ ਇੱਕ ਵੀ ਖਬਰ ਸਾਡੀ ਇਹ ਨਾ ਇੱਥੋਂ ਜਾਵੇ, ਸਾਡੇ ਮਨਾਂ 'ਚ ਬਹੁਤ ਕੁਛ ਹੋਊਗਾ, ਅਸੀਂ ਪੰਜਾਬ ਜਾ ਕੇ ਉਹ ਕੱਢ ਲਵਾਂਗੇ ਇੱਕ ਦੂਜੇ ਦੇ ਖਿਲਾਫ। ਇੱਥੇ ਸਾਨੂੰ ਐਂ ਇਹਨਾਂ ਨੂੰ ਇਹ ਲੱਗੇ ਜਿਹੜੀ CID ਫਿਰਦੀ ਆ, ਚਾਰ ਸਪਰੇ ਰਿਪੋਰਟਾਂ ਜਾਣ ਵੀ ਨਹੀਂ, ਇੱਕਜੁੱਟ ਨੇ, ਇੱਕੋ ਹੀ ਆਵਾਜ਼ ਆ, ਇੱਕ ਬੋਲੀ ਆ ਇਹਨਾਂ ਦੀ, ਇਹ ਕੋਈ ਇਹਨਾਂ ਦੇ ਵਿੱਚ ਦੋ ਰਾਵਾਂ ਨਹੀਂ ਹੈਗੀਆਂ। ਪਰ ਇੱਥੋਂ ਗੱਲਾਂ ਜਾਂਦੀਆਂ ਨੇ, ਸਟੇਜਾਂ ਤੋਂ ਗੱਲਾਂ ਜਾਂਦੀਆਂ ਨੇ, ਤਾਂ ਉਹਦਾ ਅਸਰ ਆ ਜਿਹੜਾ ਸਰਕਾਰ ਨੂੰ ਐਂ ਲੱਗਦਾ ਵੀ ਇਹ ਤਾਂ ਕੋਈ ਗੱਲ ਨਹੀਂ, ਲੰਬਾ ਖਿੱਚ ਦਿਓ, ਪਾਟੇ ਪਏ। ਇੱਕ ਬਾਈ ਛੋਟੇ ਚੈਨਲ ਵਾਲੇ ਇੱਥੇ ਜਾਂ ਹੋਰ ਲਾ ਲਓ, ਜਿਹੜੇ ਆਪਦੇ ਯੂਟਿਊਬਰ ਜਾਂ ਹੋਰ, ਉਹ ਕਹਿੰਦੇ ਵੀ ਬਜ਼ੁਰਗਾਂ ਤੋਂ ਜਾਣ ਜਾਣ ਲੋਕਾਂ ਤੋਂ ਇੰਟਰਵਿਊ ਲੈ ਲੈਂਦੇ ਆ, ਉਹ ਗਲਤ ਹੋ ਜਾਂਦਾ ਸਿਸਟਮ, ਉਹਦੇ ਬਾਰੇ ਕੀ ਹੈ? ਹਾਂ, ਉਹ ਬਸ ਉਹ ਮੈਂ ਇਹੀ ਗੱਲ ਇਹੀ ਪਹਿਲਾਂ ਵੀ ਦੱਸੀ ਹੈ ਵੀ ਜੇ ਕੋਈ ਤੁਹਾਡੇ ਕੋਲ ਇੱਥੋਂ ਦਾ ਨੈਸ਼ਨਲ ਮੀਡੀਆ ਆਉਂਦਾ, ਹਿੰਦੀ ਮੀਡੀਆ ਤੁਹਾਡੀ ਗੱਲਬਾਤ ਸੁਣਨਾ, ਉਹਨੂੰ ਇੰਨਾ ਕਹੋ ਕਿ ਕਿਸਾਨਾਂ ਦਾ ਘੋਲ ਹੈ, ਕਿਸਾਨ ਘੋਲ ਹੈ, ਜਿੱਤਣ ਆਏ ਆ, ਜਿੱਤ ਕੇ ਜਾਵਾਂਗੇ, ਇਦੂ ਬਾਅਦ ਕੋਈ ਗੱਲ ਹੀ ਨਹੀਂ ਕਰਨੀ। ਜਦੋਂ ਉਕਸਾ ਕੇ ਤੁਹਾਡੇ ਮੂੰਹਾਂ ਦੇ ਵਿੱਚ ਕੋਈ ਸ਼ਬਦ ਪਾ ਦਿੰਦੇ ਨੇ, ਤੁਹਾਡੇ ਮੱਲੋ ਮੱਲੀ ਇਹੋ ਜਿਹੇ ਸ਼ਬਦ ਪੜ੍ਹਾ ਲੈਂਦੇ ਨੇ, ਜਿਹਨੂੰ ਫਿਰ ਚਲਾਉਣ ਦਾ ਮੌਕਾ ਮਿਲਦਾ, ਮੌਕਾ ਮਿਲਣ ਤੋਂ ਬਾਅਦ ਫਿਰ ਉਹ ਸਾਰੀ ਖੇਡ ਨੂੰ ਘੁਮਾ ਕੇ ਦੂਜੇ ਪਾਸੇ ਲੈ ਜਾਂਦੇ ਨੇ, ਦੁਨੀਆਂ ਦੇ ਵਿੱਚ ਪ੍ਰਚਾਰਨ ਦੀ ਕੋਸ਼ਿਸ਼ ਕਰਦੇ ਨੇ। ਭਾਰਤ ਦੇ ਦੂਜੇ ਸੂਬਿਆਂ ਦੇ ਵਿੱਚ 15 ਸੂਬੇ ਇੱਥੇ ਆਏ ਹੋਏ ਨੇ, 15 ਸੂਬਿਆਂ ਦੇ ਲੋਕ, ਫਿਰ ਦੂਜੇ ਕਹਿਣਗੇ ਹਾਂ ਦੇਖੋ ਜੀ ਇਹਦਾ ਤਾਂ ਹੋਰ ਲੋਕ ਘੁਸ ਕੇ ਫਲਾਨਾ ਕਰਦੇ, ਬੜੀਆਂ ਤਰ੍ਹਾਂ ਦੀਆਂ ਖਬਰਾਂ ਚਲਾਉਂਦੇ ਨੇ। ਮੇਰਾ ਵੀਰ ਇਸ ਗੱਲ ਤੋਂ ਗੁਰੇਜ਼ ਕਰਿਓ, ਸਾਰੀਆਂ ਗੱਲਾਂ ਜਿਹੜੀਆਂ ਮੈਂ ਬੋਲੀਆਂ ਨੇ, ਟੀਮਾਂ ਬਣੀਆਂ ਹੋਈਆਂ, ਟੀਮਾਂ ਬਣੀਆਂ ਹੋਈਆਂ ਨੇ, ਪਹਿਰੇ ਲੱਗ ਰਹੇ ਨੇ ਵਗੈਰਾ ਤੌਰ 'ਤੇ, ਜੇ ਵੀ ਕੋਈ ਇਸ ਤਰ੍ਹਾਂ ਸ਼ਰਾਰਤੀ ਅਨਸਰ ਬਾਹਰੋਂ ਆ ਕੇ ਜਿਵੇਂ ਰਾਤ ਉਹ ਨਾਰੇ ਦੂਰੇ ਮਾਰ ਕੇ ਲੰਘਦੇ ਜਾਂ ਹੋਰ ਕਰਦੇ ਨੇ, ਉਹਨਾਂ ਦੇ ਨਜਿੱਠਣ ਲਈ ਵੀ ਅਸੀਂ ਤਿਆਰ ਹਾਂ, ਕੋਈ ਗੱਲ ਨਹੀਂ, ਸਾਰੀਆਂ ਤਿਆਰੀਆਂ ਕੀਤੀਆਂ ਹੋਈਆਂ ਨੇ। ਹੋਰ ਵੀ ਨੌਜਵਾਨਾਂ ਨੂੰ ਮੈਂ ਬੇਨਤੀ ਕਰਦਾ ਕਿ ਵੱਧ ਤੋਂ ਵੱਧ ਤੁਸੀਂ ਆਪਣੇ ਨਾਂ ਲਿਖਾਓ ਉਹਨਾਂ ਟੀਮਾਂ ਦੇ ਵਿੱਚ, ਤਾਂ ਕਿ ਆਪਾਂ ਦਿਨ ਰਾਤ ਪਹਿਰਾ ਦੇ ਕੇ ਕੋਈ ਵੀ ਅਣਸਖਾਵੀ ਜਿਹੜੀ ਘਟਨਾ ਉਹ ਨਾ ਹੋ ਸਕੇ।
ਹੋਰ ਗੱਲ ਬਾਤ ਕੋਈ ਮੰਤਰੀ ਬੋਲੋ ਕੁਛ ਹਣਾ ਆਸ ਨਾ ਉਹ ਕਰ ਲੈ ਕੜਾ ਜੀ ਜੁੜ ਗਏ ਹਾਂਜੀ ਬਾਈ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਇਹ ਮਹਿਮ ਬਹੁਤ ਵੱਡੀ ਬਣਾਤੀ ਛੋਟੇ ਸਹਿਯੋਗ ਨਾਲ ਇਹ ਹੁਣ ਆਲ ਇੰਡੀਆ ਦੀ ਮਹਿਮ ਬਣ ਗਈ ਨਹੀਂ ਆਲ ਇੰਡੀਆ ਦੀ ਮੈਂ ਗਲਤ ਕਹਿ ਗਿਆ ਵਰਲਡ ਲੈਵਲ ਦੀ ਬਣ ਗਈ ਕੈਨੇਡਾ ਅਮਰੀਕਾ ਸਾਰੇ ਕਿਤੇ ਰੌਲਾ ਪੈ ਗਿਆ ਜਮਾਂ ਸਿਰਾ ਹੋ ਗਿਆ ਨਜ਼ਾਰਾ ਆਈ ਜਾਂਦਾ ਗਾ ਬਸ ਖਿੱਚ ਕੇ ਰੱਖੋ ਦੱਬ ਕੇ ਰੱਖੋ ਕੰਮ ਜੇ ਤੁਸੀਂ ਹੁਣ ਇੱਕ ਗੱਲ ਹੋਰ ਆ ਵਿੱਚ ਲੋਕ ਸੋਚ ਰਹੇ ਆ ਵੀ ਬਹੁਤ ਬੰਦੇ ਪਹੁੰਚ ਕੇ ਦਿੱਲੀ ਸਾਨੂੰ ਤਾਂ ਜਾਣ ਦੀ ਲੋੜ ਨਹੀਂ ਨਾ ਨਾ ਇਹ ਇਹ ਭੁਲੇਖਾ ਕੱਢ ਦਿਓ ਆਪਣੀ ਤੀਜੇ ਨੰਬਰ ਦੀ ਸ਼ਕਤੀ ਨਾਲ ਪੰਗਾ ਪਿਆ ਪਿਆ ਸਾਰਾ ਇੰਡੀਆ ਆ ਜਾਓ ਇੱਥੇ ਯਾਰ ਖਾਣ ਪੀਣ ਨੂੰ ਉਹ ਅਸੀਂ ਆਪ ਹੀ ਸਾਡੇ ਜਿਹੜੇ ਪੰਜਾਬ ਵਾਲੇ ਉਹ ਅਸੀਂ ਆਪ ਹੀ ਸਾਂਭਾਂਗੇ ਜਿੰਨੇ ਵੀ ਸੂਬਿਆਂ ਦੇ ਲੋਕ ਆ ਪਹੁੰਚ ਜਾਓ ਇੱਥੇ ਟਰਾਲੀਆਂ 'ਤੇ ਪਹੁੰਚੋ ਕਾਰਾਂ 'ਤੇ ਜਿਵੇਂ ਮਰਜ਼ੀ ਪਹੁੰਚੋ ਦਿੱਲੀ ਇਹੋ ਜਿਹੀ ਜਾਮ ਕਰਦੇ ਜੇ ਅੱਜ ਮੋਦੀ ਬਿੱਲ ਪਾੜਦੇ ਮਹੀਨੇ 'ਚ ਪਿੰਡ ਮੁੜ ਗਏ ਮਸਾਂ ਗੱਡੀਆਂ ਗੁੱਡੀਆਂ ਮੋੜਨ ਠੀਕ ਆ ਬਸ ਖਿੱਚ ਦਿਓ ਜਿਹੜੇ ਘਰਾਂ 'ਚ ਬੈਠੇ ਆ ਜਾਓ ਆ ਜਾ ਬਾਈ ਲੱਖੇ ਤੂੰ ਬੋਲਦੇ ਨੇ ਬਾਈ ਆਜੋ ਟਰਾਲੀਆਂ ਭਰ ਕੇ ਮਿੰਟੋ ਮਿੰਟੀ ਝੰਡੇ ਲਾ ਕੇ ਉੱਡਦੇ ਹੋ ਨਾ ਪਰਵਾਹ ਨਾ ਕਰਿਆ ਜੇ ਅਸੀਂ ਗੱਡੀ ਦੇ ਮਗਰ ਖੜੇ ਆ ਟੈਨਸ਼ਨ ਨਾ ਲਓ ਸਾਨੂੰ ਕੋਈ ਇਹਨਾਂ ਦੀ ਟੈਨਸ਼ਨ ਟੁਨਸ਼ਨ ਰੁਪਈਏ ਦੀ ਨਹੀਂ ਹੈਗੀ ਇੱਕ ਦੁੱਕੀ ਦੀ ਨਹੀਂ ਸਾਨੂੰ ਧੱਕੇ ਦੀ ਪਰਵਾਹ ਨਹੀਂ ਆਓ ਲੱਦ ਕੇ ਟਰਾਲੀਆਂ ਜਿਹੜੇ ਹੱਥਾਂ ਨਾਲ ਇਹਨੇ ਬਿੱਲ ਕੀਤੇ ਆ ਨਾ ਉਸੇ ਹੱਥਾਂ ਨਾਲ ਜਿੰਨਾ ਚਿਰ ਰੱਦ ਨਾ ਟੁੰਡਿਆਂ ਇਹ ਨਾਲ ਕਰੇਗਾ ਤੇ ਅਸੀਂ ਨਹੀਂ ਪਿੱਛੇ ਜਾਣਾ ਸਾਨੂੰ ਜਾਂਦਿਆਂ ਜਾਂਦਿਆਂ ਮਹੀਨਾ ਲੱਗ ਜਾਣਾ ਹੈ ਆਜੋ ਚੱਲ ਬਾਈ ਆ ਬਾਈ ਬਾਈ ਆਇਆ ਉੱਥੇ ਹੋ ਜਾ ਬਾਈ ਬਸ ਹੋ ਰਿਹਾ ਗੱਲ ਮੈਂ ਕਹਿਣੀ ਚਾਹੁੰਦਾ ਉਹ ਇਹ ਹੈ ਕਿ ਸਾਨੂੰ ਨਾ ਸਾਰਿਆਂ ਨੂੰ ਟਵਿੱਟਰ ਦੇ ਉੱਤੇ ਆਉਣਾ ਚਾਹੀਦਾ ਟਵੀਟ ਜਿੰਨਾ ਅਸੀਂ ਕਿਉਂਕਿ ਟਵੀਟ ਜਦੋਂ ਹੁੰਦਾ ਤੇ ਉਹਦੇ ਨਾਲ ਜਿਹੜੀ ਖਬਰ ਆ ਉਹ ਪੂਰੀ ਦੁਨੀਆ ਦੇ ਵਿੱਚ ਪਹੁੰਚਦੀ ਆ ਦੁਨੀਆ ਦੇ ਵੱਡੇ ਵੱਡੇ ਜਿਹੜੇ ਸਿਆਸੀ ਲੋਕ ਨੇ ਵੱਡੇ ਖਿਡਾਰੀ ਨੇ ਵੱਡੇ ਕੋਈ ਉਦਯੋਗਿਕ ਲੋਕ ਨੇ ਵਪਾਰੀ ਨੇ ਵੱਡੇ ਕੋਈ ਬੁੱਧੀਜੀਵੀ ਲੋਕ ਨੇ ਹਰ ਬੰਦੇ ਤੱਕ ਜਿਹੜਾ ਟਵਿੱਟਰ ਆ ਟਵੀਟ ਰਾਹੀਂ ਉਹ ਗੱਲਾਂ ਪਹੁੰਚਦੀਆਂ ਨੇ ਫਿਰ ਪਤਾ ਲੱਗਦਾ ਕਿ ਮੁਹਿੰਮ ਹੈ ਜਿਹੜੀ ਉਹ ਵੈਸੇ ਪੂਰੀ ਜਿਵੇਂ ਰੰਧਾਵੇ ਨੇ ਕਿਹਾ ਕਿ ਮੁਹਿੰਮ ਜਿਹੜੀ ਪੂਰੀ ਦੁਨੀਆ ਦੀ ਮੁਹਿੰਮ ਬਣ ਚੁੱਕੀ ਆ ਇਹਨੂੰ ਹੋਰ ਵੀ ਆਪਾਂ ਅੱਗੇ ਲਿਜਾਣ ਦੇ ਲਈ ਇਕੱਲੇ ਇਕੱਲੇ ਘਰ ਤੱਕ ਇਕੱਲੇ ਇਕੱਲੇ ਇਨਸਾਨ ਤੱਕ ਦੁਨੀਆ ਦੇ ਹਰ ਇਨਸਾਨ ਨੂੰ ਪਤਾ ਲੱਗ ਜਾਣਾ ਚਾਹੀਦਾ ਕਿ ਯਾਰ ਭਾਰਤ ਦੇ ਵਿੱਚ ਇੱਕ ਕਿਸਾਨ ਅੰਦੋਲਨ ਲੜ ਰਹੇ ਨੇ ਪੰਜਾਬ ਆਪਣੀ ਹੋਂਦ ਨੂੰ ਬਚਾਉਣ ਲਈ ਲੜ ਰਿਹਾ ਨਾਲ ਸਾਡਾ ਭਰਾ ਹਰਿਆਣਾ ਸਾਡੇ ਨਾਲ ਖੜਾ ਯੂਪੀ ਨਾਲ ਖੜਾ ਰਾਜਸਥਾਨ ਨਾਲ ਖੜਾ ਮੱਧ ਪ੍ਰਦੇਸ਼ ਨਾਲ ਖੜਾ ਮੱਧ ਪ੍ਰਦੇਸ਼ ਤੋਂ ਜਿਹੜੇ ਕਿਸਾਨ ਨੇ ਟਰੈਕਟਰਾਂ 'ਤੇ ਚੱਲ ਪਏ ਆ ਘੱਟੋ ਘੱਟ ਦੱਸਿਆ ਜਾ ਰਿਹਾ ਕਿ 10-12 ਹਜ਼ਾਰ ਟਰੈਕਟਰ ਮੱਧ ਪ੍ਰਦੇਸ਼ ਤੋਂ ਚੱਲਿਆ ਹੋਇਆ ਗੁਰੂ ਦੀਆਂ ਲਾਡਲੀਆਂ ਫੌਜਾਂ ਬਾਰੇ ਵੀ ਖਬਰ ਆਈ ਹੈ ਕਿ ਆਪਣੇ ਘੋੜੇ ਲੈ ਕੇ ਇਹ ਆਪਣਾ ਰਾਸ਼ਨ ਲੈ ਕੇ ਦਿੱਲੀ ਵੱਲੋਂ ਚੜ੍ਹਾਈ ਕਰ ਚੁੱਕੇ ਨੇ ਉਹ ਸੋ ਆ ਜਾਓ ਮੇਰਾ ਵੀਰ ਹੁਣ ਬੰਦਾ ਕੋਈ ਵਾਂਝਾ ਨਾ ਰਹਿ ਜੇ ਬੜੀ ਪਤਾ ਲੱਗਿਆ ਅੱਜ ਕੋਈ ਵੀਰ ਆਏ ਨੇ ਦੱਸਿਆ ਉਹਨਾਂ ਨੇ ਭਰਾਵਾਂ ਨੇ ਕਹਿੰਦੇ ਬਾਈ ਸੈਂਕੜੇ ਟਰਾਲੀਆਂ ਜਿਹੜੀਆਂ ਟਰੈਕਟਰ ਨੇ ਜਿਹੜੇ ਉਹ ਪੰਜਾਬ ਵੱਲੋਂ ਤੁਰੇ ਆਉਂਦੇ ਨੇ ਹੁਣ ਜਿਹੜੇ ਰਹਿ ਗਏ ਜਿਵੇਂ ਰੰਧਾਵਾ ਇੱਕ ਦਿਨ ਪਿੰਡ ਜਾ ਕੇ ਆਇਆ ਕਹਿੰਦਾ ਬਾਈ ਮੈਂ ਰਾਤ ਨੂੰ ਭੱਜਿਆ ਜੀ ਨਹੀਂ ਲੱਗਿਆ ਪੰਜਾਬ 'ਚ ਬਿਲਕੁਲ ਮੈਨੂੰ ਸਾਰਾ ਪੰਜਾਬ ਹਰਿਆਣਾ ਹੋਰ ਸੂਬੇ ਇੱਥੇ ਬੈਠੇ ਨੇ ਅਤੇ ਆਪਣੀ ਜਿੱਤ ਯਕੀਨੀ ਆ ਜਿੱਤ ਨੇੜੇ ਆ ਅੱਜ ਫਿਰ 3 ਵਜੇ ਮੀਟਿੰਗ ਹੈ ਜਿਹੜੀ ਆਗੂਆਂ ਦੀ ਸਰਕਾਰ ਦੇ ਨਾਲ ਸ਼ਾਇਦ ਅਮਿਤ ਸ਼ਾਹ ਜਾਂ ਕੋਈ ਮੋਦੀ ਵਰਗਾ ਵੱਡਾ ਉਹਨਾਂ ਦਾ ਜਿਹੜਾ ਆਗੂ ਆ ਉਹ ਬੈਠੇ ਤਾਂ ਦੇਖਦੇ ਹਾਂ ਆਪਾਂ 3 ਵਜੇ ਉਸ ਮੀਟਿੰਗ ਦੇ ਵਿੱਚੋਂ ਕੀ ਨਿਕਲਦਾ ਕੀ ਗੱਲ ਬਾਹਰ ਆਉਂਦੀ ਆ ਪਰ ਆਪਣੀ ਆਪਣੀ ਲੜਾਈ ਜਿਹੜੀ ਹੈਗੀ ਆ ਉਹ ਇਹੀ ਹੈ ਕਿ ਇੱਥੋਂ ਅਸੀਂ ਅੱਧ ਪਟੱਧੀ ਜਿੱਤ ਲੈ ਕੇ ਨਹੀਂ ਉੱਠਣਾ ਅਸੀਂ ਪੂਰਨ ਤੌਰ 'ਤੇ ਜਿੱਤ ਜਿਹੜੀ ਇੱਥੋਂ ਜਿੱਤ ਕੇ ਫਿਰ ਜਾਣਾ ਲਓ ਜੀ ਹੋਰ ਕੋਈ ਸਾਰੀਆਂ ਗੱਲਾਂ ਆਪਣੇ ਹੱਕ 'ਚ ਹੋਈ ਜਾਂਦੀਆਂ ਪੋਜੀਟਿਵ ਚੱਲੀ ਜਾਂਦਾ ਗਾ ਜਦੋਂ ਦੇ ਬੈਰੀਕੇਡ ਤੋੜਨ ਲੱਗਿਆ ਇਸ ਤੋਂ ਬਾਅਦ ਪੋਜੀਟਿਵ ਹੀ ਆ ਸਾਰਾ ਕੰਮ ਕੁਛ ਵੀ ਨੈਗੇਟਿਵ ਨਹੀਂ ਟਵਿੱਟਰ ਹੈਕ ਹੋ ਗਿਆ ਟਵਿੱਟਰ ਵੀ ਹੈਕ ਕਰਤਾ ਬਾਕੀ ਪੰਜਾਬੀ ਜਿਵੇਂ ਪਿੰਡਾਂ 'ਚ ਆਲੂ ਬੀਜਦੇ ਆਲੂ ਹੀ ਬੀਜੀ ਜਾਂਦੇ ਉਵੇਂ ਆਹ ਮਹਿਮਾਨ ਇਹੋ ਜਿਹੇ ਜੁੜੇ ਆ ਸਾਰਾ ਕੁਛ ਹੀ ਹੈਕ ਕਰਤਾ ਯਾਰ ਜਮਾਂ ਸਿਰਾ ਕਰਾਤਾ ਹੋਰ ਆ ਜਾਓ ਕਰਾਂ ਧੰਨਵਾਦ ਨਾ ਖੜ ਜਾ ਖੜ ਜਾ ਬੜੀ ਬੜੀ ਆ ਇੱਕ ਤਾਂ ਜਿਹੜੀ ਗੱਲ ਆ 2-3 ਗੱਲਾਂ ਜਿਹੜੀਆਂ ਮੈਂ ਪੂਰੀ ਸਮਝਦਾ ਕਿ ਸਾਂਝੀਆਂ ਹੋ ਜਾਣ ਇੱਕ ਤਾਂ ਇਹ ਆ ਕਿ ਸਾਡੇ ਨੌਜਵਾਨ ਜੋਸ਼ ਦੇ ਵਿੱਚ ਨੇ ਜੋਸ਼ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਜੋਸ਼ ਦੇ ਬਿਨਾਂ ਕੋਈ ਵੀ ਜੰਗ ਨਹੀਂ ਜਿੱਤੀ ਜਾਂਦੀ ਪਰ ਨਾਲ ਹੋਸ਼ ਹੋਣਾ ਬਹੁਤ ਜ਼ਰੂਰੀ ਹੈ ਰਾਤ ਜਿਵੇਂ ਮੈਂ ਦੇਖਿਆ ਕਈ ਨੌਜਵਾਨ ਪੁਲਿਸ ਦੀਆਂ ਗੱਡੀਆਂ ਲੰਘ ਰਹੀਆਂ ਨੇ ਹਰਿਆਣਾ ਪੁਲਿਸ ਦੀ ਗੱਡੀ ਸਾਡੇ ਕੋਲੇ ਖੜੀ ਹੈ ਇਹ ਭਰਾ ਵੀ ਸਾਨੂੰ ਮਿਲਦੇ ਨੇ ਹਰਿਆਣਾ ਪੁਲਿਸ ਮੁਲਾਜ਼ਮ ਸਾਨੂੰ ਮਿਲਦੇ ਨੇ ਹਰਿਆਣੇ ਦੇ ਲੋਕ ਨੇ ਦਿੱਲੀ ਦੇ ਲੋਕ ਨੇ ਇਹ ਵੀ ਕਿਸਾਨਾਂ ਦੇ ਪੁੱਤ ਨੇ ਹਰ ਬੰਦਾ ਇਸ ਲੜਾਈ ਦੇ ਵਿੱਚ ਆਉਂਦਾ ਕਿ ਇੱਥੋਂ ਜਿੱਤ ਮਿਲੇ ਚਾਹੇ ਉਹ ਕੋਈ ਮੁਲਾਜ਼ਮ ਹੈ ਚਾਹੇ ਕੋਈ ਆਮ ਬੰਦਾ ਚਾਹੇ ਵਪਾਰੀ ਆ ਦੁਕਾਨਦਾਰ ਆ ਜਿੰਨੇ ਸਾਨੂੰ ਮਿਲੇ ਨੇ
ਪਰ ਉੱਥੇ ਕਈ ਸੱਜਣ ਭਰਾ ਇਹੋ ਜਿਹੇ ਹੈਗੇ ਨੇ ਕਿ ਰਾਤ ਦੋ ਪੁਲਿਸ ਦੀਆਂ ਗੱਡੀਆਂ ਲੰਘੀਆਂ ਉਹ ਐਂ ਥਾਪੀ ਮਾਰ ਕੇ ਮੁਹਰੇ ਐਂ ਕਰਦੇ ਆ। ਸੋ ਇਹ ਇਹ ਗੱਲਾਂ ਨਾ ਕਈ ਵਾਰੀ ਨੁਕਸਾਨਦਾਇਕ ਹੁੰਦੀਆਂ ਨੇ ਮੇਰਾ ਵੀਰ। ਜੰਗ ਆ ਜਿਹੜੀ ਉਹ ਬਹੁਤ ਸੂਝ ਦੇ ਨਾਲ, ਬੂਝ ਦੇ ਨਾਲ, ਸੰਜਮ ਦੇ ਨਾਲ, ਸਬਰ ਦੇ ਨਾਲ, ਬਹੁਤ ਤਿੱਖੀ ਨਜ਼ਰ ਰੱਖ ਕੇ ਹਰ ਚੀਜ਼ ਦੇ ਉੱਤੇ ਜੰਗਾਂ ਫੇਰ ਦਿੱਤੀਆਂ ਜਾਂਦੀਆਂ ਨੇ, ਰਣਨੀਤੀਆਂ ਬਣਾਉਣੀਆਂ ਪੈਣੀਆਂ ਮੇਰਾ ਵੀਰ। ਦੂਜੀ ਗੱਲ, ਕੱਲ੍ਹ ਕੁਛ ਇੱਥੇ ਸੰਘੀ ਇਹਨਾਂ ਦੇ ਬੰਦੇ ਮੈਨੂੰ ਮੁੰਡਿਆਂ ਨੇ ਦੱਸਿਆ, ਕਹਿੰਦੇ ਬਾਈ 40-50 ਮੋਟਰਸਾਈਕਲ ਸੀਗੇ ਅਤੇ ਉਹਦੇ ਉੱਤੇ ਹੈਲਮਟ ਹੁਲਮਟ ਪਾ ਕੇ ਕਿਸਾਨ ਮੁਰਦਾਬਾਦ ਮੋਦੀ ਜਿੰਦਾਬਾਦ ਦੇ ਨਾਅਰੇ ਮਾਰ ਕੇ ਗਏ ਆ। ਕੋਈ ਗੱਲ ਨਹੀਂ, ਜੇ ਦੂਰ ਖੜ੍ਹੇ ਮਾਰਦੇ ਆ ਤਾਂ ਮਾਰ ਲੈਣ ਦਿਓ। ਆਪਾਂ ਮੋਦੀ ਮੁਰਦਾਬਾਦ ਕਹਿੰਦੇ ਹਾਂ, ਮੋਦੀ ਜਿੰਦਾਬਾਦ ਕਹਿੰਦੇ ਹੋ, ਅਲੱਗ ਬਾਈ। ਇੱਕ ਬਾਹਰੋਂ ਸੰਦੇਸ਼ ਆ ਰਿਹਾ ਵੀ ਬਾਈ ਅਸੀਂ ਕੀ ਕਰੀਏ, ਸਾਡੇ ਲਈ ਤੁਹਾਡੇ ਲਈ ਕੀ ਸਪੋਰਟ ਕਰੀਏ, ਐਨਆਰਆਈ ਸਪੋਰਟ। ਕੋਈ ਗੱਲ ਨਹੀਂ, ਉਹ ਕਰਦੇ ਆ, ਕਰਨ ਦਿਓ। ਪਰ ਹਾਂ, ਇੱਕ ਅਸੀਂ ਸੰਗੀਆਂ ਨੂੰ ਕਹਿਣਾ ਚਾਹੁੰਦੇ ਵੀ ਜੇ ਕਿਤੇ ਸਾਡੇ ਵਿੱਚ ਆ ਗਏ ਨਾ, ਫਿਰ ਹਿਸਾਬ ਲਾ ਲਿਓ। ਫਿਰ ਕਦੇ ਦਿਮਾਗ 'ਚ ਨਾ ਇਹ ਗੱਲ ਰੱਖਿਓ ਵੀ ਅਸੀਂ ਕਦੇ ਤੁਹਾਨੂੰ ਬਖਸ਼ ਦਿਆਂਗੇ। ਦੂਰੋਂ ਖੜ੍ਹੇ ਜੋ ਆਉਂਦਾ ਤੁਸੀਂ ਭੌਂਕਣਾ ਭੌਂਕੀ ਜਾਓ, ਪਰ ਆਪਣੇ ਗੰਡਾ ਕਰਨਾ ਕਰੀ ਜਾਓ। ਤੁਹਾਡਾ ਮੀਡੀਆ ਗੋਦੀ ਮੀਡੀਆ ਵੀ ਕਰ ਹੀ ਰਿਹਾ, ਉਹ ਤਰ੍ਹਾਂ ਤਰ੍ਹਾਂ ਦੀਆਂ ਖਬਰਾਂ ਲਗਾਤਾਰ ਚਲਾ ਰਿਹਾ ਕਿ ਆਹ ਦੇਖੋ ਜੀ ਕਿ ਅੱਤਵਾਦੀ ਆ ਗਏ, ਆਹ ਫਲਾਣੇ ਆ ਗਏ। ਤਾਂ ਮੈਂ ਦੂਜੀ ਗੱਲ ਇੱਕ ਹੋਰ ਕਹਿਣੀ ਚਾਹੁੰਦਾ, ਜਿਹੜੀ ਆਪਣਾ ਸਾਡੇ ਪੰਜਾਬ ਦੇ ਲੋਕਾਂ ਨੂੰ, ਕਿ ਜਦੋਂ ਤੁਹਾਡੇ ਕੋਲ ਕੋਈ ਵੀ ਨੈਸ਼ਨਲ ਮੀਡੀਆ ਆਉਂਦਾ ਤਾਂ ਨੈਸ਼ਨਲ ਮੀਡੀਆ ਤੁਹਾਡੇ ਕੋਲ ਆ ਕੇ ਗੱਲ ਪਹੁੰਚਦਾ ਤਾਂ ਆਪਣੀ ਇਹ ਆਪਣੇ ਸੁਭਾਅ 'ਚ ਰੱਖ ਲਓ, ਜਾਂ ਆਪਣੀ ਆਪਣੀ ਬੋਲੀ ਕੋਈ ਇਹੋ ਜਿਹੀ ਹੈ ਵੀ ਅਸੀਂ ਉਹ ਚੱਕਤੀ ਸੀ, ਅਸੀਂ ਇਹਨੂੰ ਚੱਕ ਦਿਆਂਗੇ, ਅਸੀਂ ਐਂ ਕਰ ਦਿਆਂਗੇ, ਉਹੋ ਜਿਹੀਆਂ ਗੱਲਾਂ ਨੂੰ ਫਿਰ ਉੱਨੀ ਬਣਾ ਕੇ ਅਤੇ ਪੂਰੀ ਦੁਨੀਆ 'ਚ ਫੈਲਾਉਂਦੇ ਨੇ। ਉਹ ਬਹਾਨਾ ਲੱਭ ਲੈਂਦੇ ਨੇ ਕਿ ਆਹ ਦੇਖੋ ਯਾਰ ਇਹ ਤਾਂ ਪ੍ਰਧਾਨ ਮੰਤਰੀ ਨੂੰ ਮਾਰਨੀਆਂ ਗੱਲਾਂ ਕਰਦੇ ਨੇ, ਇਹ ਤਾਂ ਆਹ ਗੱਲਾਂ ਕਰਦੇ ਨੇ, ਆਹ ਗੱਲਾਂ ਕਰਦੇ ਨੇ। ਸੋ ਇਹੋ ਜਿਹੀਆਂ ਗੱਲਾਂ ਤੋਂ ਮੇਰਾ ਵੀ ਪੂਰਨ ਤੌਰ 'ਤੇ ਗੁਰੇਜ਼ ਕਰੋ। ਬਾਹਰਲੇ ਮੁਲਕ ਵਾਲਿਆਂ ਨੂੰ ਮੈਂ ਕਹਿਣਾ ਚਾਹੁੰਦਾ, ਜਿਹੜੇ ਬਾਹਰਲੇ ਮੁਲਕਾਂ ਦੇ ਵਿੱਚ ਬੈਠੇ ਨੇ, ਉਹ ਕਹਿ ਪੁੱਛਦੇ ਆ ਬਾਈ ਕੀ ਕਰਕੇ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਬਾਈ, ਮਾਰਚ ਵੀ ਕਰ ਰਹੇ ਹੋ, ਇਹਨਾਂ ਦੀਆਂ ਵੈਸੀਆਂ ਦੇ ਅੱਗੇ, ਜਿਹੜੇ ਭਾਰਤੀ ਵੈਸੀ ਦੇ ਅੱਗੇ ਜਾ ਕੇ ਪ੍ਰਦਰਸ਼ਨ ਕੀਤਾ ਜਾਵੇ, ਉੱਥੋਂ ਦੀਆਂ ਸਰਕਾਰਾਂ 'ਤੇ, ਉੱਥੋਂ ਦੇ ਐਮਪੀਆਂ 'ਤੇ ਇੱਕ ਦਬਾਅ ਬਣਾਇਆ ਜਾਵੇ ਕਿ ਕੈਨੇਡਾ ਅਮਰੀਕਾ ਜਿਹੜੀਆਂ ਬਾਹਰਲੀਆਂ ਸਰਕਾਰਾਂ ਨੇ, ਚਾਹੇ ਇੰਗਲੈਂਡ ਦੀ ਹੈ, ਚਾਹੇ ਹੋਰ ਕਿਸੇ ਮੁਲਕ ਦੀ ਹੈ, ਜਿੱਥੇ ਵੀ ਪੰਜਾਬੀ ਜਾਂ ਜਿੱਥੇ ਵੀ ਆਪਣੇ ਲੋਕ ਬੈਠੇ ਨੇ, ਉੱਥੋਂ ਦੀਆਂ ਸਰਕਾਰਾਂ ਦੇ ਉੱਤੇ ਦਬਾਅ ਬਣਾਓ ਕਿ ਉਹ ਸਰਕਾਰਾਂ ਇਸ ਸਰਕਾਰ 'ਤੇ ਦਬਾਅ ਬਣਾਉਣ। ਬਾਈ ਇੱਕ ਗੱਲ ਐਂ ਕਹਿ ਰਹੇ ਵੀ ਪੰਜਾਬ 'ਚ ਜਿੰਨੇ MLA MP ਹੁਣ ਕਹਿੰਦੇ ਅਸਤੀਫਾ ਦੇਣ, ਨਾ ਹੁਣ ਵਾਰੀ ਆ ਗਈ ਸਾਰੀਆਂ ਪਾਰਟੀਆਂ, ਕੋਈ ਕਿਉਂ ਨਹੀਂ ਆ ਰਿਹਾ ਮੂਹਰੇ? ਦੇਖੋ ਵੀਰੇ, ਇੱਧਰ ਪੂਰਾ ਪੰਜਾਬ ਆ ਜਿਹੜਾ ਉਹ ਆਪਣੇ ਆਪ ਨੂੰ ਝੋਕੀ ਬੈਠਾ, ਦਾਅ 'ਤੇ ਲਾਈ ਬੈਠਾ, ਆਪਣੀਆਂ ਜ਼ਿੰਦਗੀਆਂ, ਆਪਣੇ ਪਰਿਵਾਰ ਦੀਆਂ ਜ਼ਿੰਦਗੀਆਂ, ਸਾਡੀਆਂ ਮਾਵਾਂ 80-80 ਸਾਲ ਦੀਆਂ, 70-70 ਸਾਲ ਦੀਆਂ, ਸਾਡੀਆਂ ਦਾਦੀਆਂ, ਸਾਡੀਆਂ ਨਾਨੀਆਂ ਇੱਥੇ, ਸਾਡੀਆਂ ਭੈਣਾਂ ਇੱਥੇ ਬੈਠੀਆਂ ਨੇ, ਪਰ ਸਿਆਸੀ ਬੰਦੇ ਪੰਜਾਬ 'ਚ ਆਪਣੀ ਜਿਹੜੀ ਸਿਆਸੀ ਜ਼ਮੀਨ ਹੈ ਉਹਨੂੰ ਖੜੀ ਕਰਨ 'ਤੇ ਲੱਗੇ ਹੋਏ, ਉਹਨੂੰ ਤਲਾਸ਼ਣ। ਸੋ ਇਹ ਬਹੁਤ ਮਾੜਾ ਹੋ ਰਿਹਾ। ਦੂਜੀ ਗੱਲ, ਜਿਵੇਂ ਮੈਂ ਕੱਲ੍ਹ ਵੀ ਕਹੀ ਸੀਗੀ ਕਿ ਜੇਕਰ ਕਿਸੇ ਵੀ ਪਾਰਟੀ ਦਾ ਕੋਈ ਵੀ ਆਗੂ ਇੱਥੇ ਆਉਂਦਾ, ਉਹ ਬੈਠਾ ਰਹੇ ਕੱਠ 'ਚ, ਕੋਈ ਗੱਲ ਨਹੀਂ, ਬੈਠੇ ਜੀ ਸਦਕੇ ਆਵੇ ਜੀ, ਐਂ ਨੂੰ ਕਰਨਾ ਚਾਹੀਦਾ। ਫੇਰ 'ਤੇ ਤਾਂ ਵੈਸੇ ਇਹਨਾਂ ਨੇ ਲਾਲ ਕਾਲੀ ਤਾਂ ਬੋਲਣ ਨਹੀਂ ਦੇਣਾ, ਪਰ ਜੇ ਕੋਈ ਆਗੂ ਆਉਂਦਾ ਉਹਦੇ ਮਗਰ ਨਾ ਪਾਓ। ਪਰਸੋਂ 'ਚ ਉੱਥੇ ਗੁਰਜੀਤ ਔਜਲਾ ਆਇਆ ਜਿਹੜਾ MP ਆ ਕਾਂਗਰਸ ਦਾ, ਉਹਦੇ ਮਗਰ ਪੈ ਗਏ ਆਪਣੇ ਲੋਕ, ਉਸ ਤਰ੍ਹਾਂ ਦਾ ਮਾਹੌਲ ਨਾ ਪੈਦਾ ਕਰੋ। ਇਸ ਵੇਲੇ ਮੇਰਾ ਵੀਰ ਵਾਰ ਵਾਰ ਮੈਂ ਬੇਨਤੀ ਕਰਦਾ, ਸਿਰ ਜੋੜਨ ਦੀ ਲੋੜ ਹੈ। ਇੱਥੇ ਇੱਕ ਵੀ ਖਬਰ ਸਾਡੀ ਇਹ ਨਾ ਇੱਥੋਂ ਜਾਵੇ, ਸਾਡੇ ਮਨਾਂ 'ਚ ਬਹੁਤ ਕੁਛ ਹੋਊਗਾ, ਅਸੀਂ ਪੰਜਾਬ ਜਾ ਕੇ ਉਹ ਕੱਢ ਲਵਾਂਗੇ ਇੱਕ ਦੂਜੇ ਦੇ ਖਿਲਾਫ਼। ਇੱਥੇ ਸਾਨੂੰ ਐਂ ਇਹਨਾਂ ਨੂੰ ਇਹ ਲੱਗੇ ਜਿਹੜੀ CID ਫਿਰਦੀ ਆ, ਜਾਂ ਸਪਰੇ ਰਿਪੋਰਟਾਂ ਜਾਣ ਵੀ ਨਹੀਂ, ਇੱਕਜੁੱਟ ਨੇ, ਇੱਕੋ ਹੀ ਆਵਾਜ਼ ਆ, ਇੱਕ ਬੋਲੀ ਆ ਇਹਨਾਂ ਦੀ, ਇਹ ਕੋਈ ਇਹਨਾਂ ਦੇ ਵਿੱਚ ਦੋ ਰਾਵਾਂ ਨਹੀਂ ਹੈਗੀਆਂ। ਪਰ ਇੱਥੋਂ ਗੱਲਾਂ ਜਾਂਦੀਆਂ ਨੇ, ਸਟੇਜਾਂ ਤੋਂ ਗੱਲਾਂ ਜਾਂਦੀਆਂ ਨੇ, ਤਾਂ ਉਹਦਾ ਅਸਰ ਆ ਜਿਹੜਾ ਹੁਣ ਸਰਕਾਰ ਨੂੰ ਐਂ ਲੱਗਦਾ ਵੀ ਇਹ ਤਾਂ ਕੋਈ ਗੱਲ ਨਹੀਂ, ਲੰਬਾ ਖਿੱਚ ਦਿਓ, ਪਾਟੇ ਪਏ। ਇੱਕ ਬਾਈ ਛੋਟੇ ਚੈਨਲ ਵਾਲੇ ਇੱਥੇ ਜਾਂ ਹੋਰ ਲਾ ਲਓ, ਜਿਹੜੇ ਆਪਦੇ ਯੂਟਿਊਬਰਾਂ ਜਾਂ ਹੋਰ, ਉਹ ਕਹਿੰਦੇ ਵੀ ਬਜ਼ੁਰਗਾਂ ਤੋਂ ਜਾਣ ਜਾਣ ਲੋਕਾਂ ਤੋਂ ਇੰਟਰਵਿਊ ਲੈ ਲੈਂਦੇ ਆ, ਉਹ ਗਲਤ ਹੋ ਜਾਂਦਾ ਸਿਸਟਮ, ਉਹਦੇ ਬਾਰੇ ਕੀ ਹੈ? ਹਾਂ, ਉਹ ਬਸ ਉਹ ਮੈਂ ਇਹੀ ਗੱਲ ਇਹ ਪਹਿਲਾਂ ਵੀ ਦੱਸੀ ਹੈ ਵੀ ਜੇ ਕੋਈ ਤੁਹਾਡੇ ਕੋਲ ਇੱਥੋਂ ਦਾ ਨੈਸ਼ਨਲ ਮੀਡੀਆ ਆਉਂਦਾ, ਹਿੰਦੀ ਮੀਡੀਆ ਤੁਹਾਡੀ ਗੱਲਬਾਤ ਸੁਣਦਾ, ਉਹਨੂੰ ਇੰਨੇ ਕਹੋ ਕਿ ਕਿਸਾਨਾਂ ਦਾ ਘੋਲ ਹੈ, ਕਿਸਾਨ ਘੋਲ ਹੈ, ਜਿੱਤਣਾ ਜਾਂ ਜਿੱਤ ਕੇ ਜਾਵਾਂਗੇ, ਇਦੂ ਬਾਅਦ ਕੋਈ ਗੱਲ ਹੀ ਨਹੀਂ ਕਰਨੀ। ਜਦੋਂ ਉਕਸਾ ਕੇ ਤੁਹਾਡੇ ਮੂੰਹਾਂ ਦੇ ਵਿੱਚ ਕੋਈ ਸ਼ਬਦ ਪਾ ਦਿੰਦੇ ਨੇ, ਤੁਹਾਡੇ ਮੱਲੋ ਮੱਲੀ ਇਹੋ ਜਿਹੇ ਸ਼ਬਦ ਕਢਾ ਲੈਂਦੇ ਨੇ, ਜਿਹਨੂੰ ਫਿਰ ਚਲਾਉਣ ਦਾ ਮੌਕਾ ਮਿਲਦਾ, ਮੌਕਾ ਮਿਲਣ ਤੋਂ ਬਾਅਦ ਫਿਰ ਉਹ ਸਾਰੀ ਖੇਡ ਨੂੰ ਘੁਮਾ ਕੇ ਦੂਜੇ ਪਾਸੇ ਲੈ ਜਾਂਦੇ ਨੇ, ਦੁਨੀਆਂ ਦੇ ਵਿੱਚ ਪ੍ਰਚਾਰਨ ਦੀ ਕੋਸ਼ਿਸ਼ ਕਰਦੇ ਨੇ। ਭਾਰਤ ਦੇ ਦੂਜੇ ਸੂਬਿਆਂ ਦੇ ਵਿੱਚ 15 ਸੂਬੇ ਇੱਥੇ ਆਏ ਹੋਏ ਨੇ, 15 ਸੂਬਿਆਂ ਦੇ ਲੋਕ, ਫਿਰ ਦੂਜੇ ਕਹਿਣਗੇ ਹਾਂ ਦੇਖੋ ਜੀ ਇਹਦਾ ਤਾਂ ਹੋਰ ਲੋਕ ਘੁਸ ਕੇ ਫਲਾਨਾ ਕਰਕੇ, ਬੜੀਆਂ ਤਰ੍ਹਾਂ ਦੀਆਂ ਖਬਰਾਂ ਚਲਾਉਂਦੇ ਨੇ। ਮੇਰਾ ਵੀਰ ਇਸ ਗੱਲ ਤੋਂ ਗੁਰੇਜ਼ ਕਰਿਓ, ਸਾਰੀਆਂ ਗੱਲਾਂ ਜਿਹੜੀਆਂ ਮੈਂ ਬੋਲੀਆਂ ਨੇ, ਟੀਮਾਂ ਬਣੀਆਂ ਹੋਈਆਂ, ਖੱਟ ਦੇਣਾ ਹੁਣ ਖੱਟ ਦਾ, ਟੀਮਾਂ ਬਣੀਆਂ ਹੋਈਆਂ ਨੇ, ਪਹਿਰੇ ਲੱਗ ਰਹੇ ਨੇ ਬਕਾਇਦਾ ਤੌਰ 'ਤੇ, ਜੇ ਵੀ ਕੋਈ ਇਸ ਤਰ੍ਹਾਂ ਸ਼ਰਾਰਤੀ ਅਨਸਰ ਬਾਹਰੋਂ ਆ ਕੇ ਜਿਵੇਂ ਰਾਤ ਉਹ ਨਾਗੇ ਦੂਰੇ ਮਾਰ ਕੇ ਲੰਘਦੇ ਜਾਂ ਹੋਰ ਕਰਦੇ ਨੇ, ਉਹਨਾਂ ਦੇ ਨਜਿੱਠਣ ਲਈ ਵੀ ਅਸੀਂ ਤਿਆਰ ਹਾਂ, ਕੋਈ ਗੱਲ ਨਹੀਂ, ਸਾਰੀਆਂ ਤਿਆਰੀਆਂ ਕੀਤੀਆਂ ਹੋਈਆਂ ਨੇ। ਹੋਰ ਵੀ ਨੌਜਵਾਨਾਂ ਨੂੰ ਮੈਂ ਬੇਨਤੀ ਕਰਦਾ
ਕਿ ਵੱਧ ਤੋਂ ਵੱਧ ਤੁਸੀਂ ਆਪਣੇ ਨਾਂ ਲਿਖਾਓ ਉਹਨਾਂ ਟੀਮਾਂ ਦੇ ਵਿੱਚ ਤਾਂ ਕਿ